ਨਾਮ ਬਹੁਤ ਸੋਹਣਾ ਗਾਉਂਦਾ, ਇਹ ਗਾਉਂਦਾ ਪਰ ਇਹਨੂੰ ਗਾਉਣ ਨਹੀਂ ਦਿੰਦੇ, ਇਹਨੂੰ ਫੋਟੋਆਂ ਵਾਲੇ ਇੰਨਾ ਤੰਗ ਕਰ ਰਹੇ ਆ। ਫੋਟੋਗ੍ਰਾਫ ਨਾ ਕਰੋ ਤੁਸੀਂ, ਔਰ ਨਾ ਹੀ ਕਦੇ ਆਰਟਿਸਟ ਨੂੰ ਇਹ ਕਹੋ ਕਿ ਆਹ ਗਾਣਾ ਲਾ ਦੇ ਆਹ ਲਾ ਦੇ, ਉਹਨੂੰ ਕਹੋ ਤੁਸੀਂ ਜੋ ਬੈਸਟ ਕਰ ਸਕਦੇ ਉਹ ਕਰੋ। ਮੈਨੂੰ ਪਤਾ ਗੁਰਨਾਮ ਨੂੰ ਮੈਂ ਦੇਖਿਆ ਹੋਇਆ, ਮੈਂ ਸੁਣਿਆ ਹੋਇਆ ਬਹੁਤ ਟਾਈਮ ਤੋਂ, ਅਸੀਂ ਜਾਣਦੇ ਹਾਂ ਜੋ ਇਹ ਗਾ ਸਕਦਾ ਉਹ ਮੈਂ ਵੀ ਨਹੀਂ ਗਾ ਸਕਦਾ, ਸ਼ਿਵਜੋਤ ਵੀ ਨਹੀਂ ਗਾ ਸਕਦਾ। ਵੀਰੇ ਕਦ ਜਨਮਦੀ ਦੇ ਅਸੀਂ ਪਹਿਲੀ ਵਾਰ ਉਹਦੇ ਸ਼ੋਅ ਲਾਉਣ ਗਏ ਤੇ ਅਸੀਂ ਬੱਸਾਂ ਤੇ ਜਾਂਦੇ ਰਹੇ ਹਾਂ ਗਾਣੇ ਰਿਕਾਰਡ ਕਰਨ, ਬੱਸਾਂ ਤੇ ਚੱਲ ਰਹੇ ਹਾਂ ਤੇ ਹੁਣ ਜਹਾਜ਼ਾਂ ਤੇ ਪਤਾ ਨਹੀਂ, ਹੁਣ ਬੱਸ ਤੇ ਚੜਿਆ ਨੂੰ ਬਹੁਤ ਟਾਈਮ ਹੋ ਗਿਆ ਤੇ ਜਹਾਜ਼ ਤੇ ਪਤਾ ਨਹੀਂ ਲੱਗਦਾ, ਸੌ ਕੇ ਉੱਠੀ ਦਾ ਅਗਲੇ ਸ਼ਹਿਰ, ਸੌ ਕੇ ਉੱਠੀ ਦਾ ਦੂਜੇ ਦੇਸ਼, ਉਹ ਥੋੜ੍ਹਾ ਪਿਆਰ ਆ ਸਾਰਿਆਂ ਦਾ। ਮੈਂ ਉੱਧਰ ਗਾ ਕੇ ਗਿਆ ਸੀ, ਬਹੁਤ ਉਦਾਸ ਕੇ ਗਾ ਕੇ ਗਏ ਆ, ਅੱਜ ਗੁਰਨਾਮ ਗਾ ਰਿਹਾ ਸਵਾਲ ਹੈ, ਅੱਜ ਮੇਰਾ ਨੱਚਣ ਦਿਲ ਕਰਦਾ, ਗੋਲ ਖੁੱਲ ਕੇ ਨੱਚਾਂਗੇ, ਤੁਸੀਂ ਵੀ ਸਾਰੇ ਖੁੱਲ ਕੇ ਨੱਚੋ। ਔਰ ਮੈਂ ਸਾਹਮਣੇ ਬੈਠਾ ਦੇਖ ਰਿਹਾ ਸੀ ਗੁਰਨਾਮ, ਸ਼ਿਵਜੋਤ ਇਹ ਬਹੁਤ ਵਧੀਆ ਹੀਰੇ ਬੰਦੇ ਆ, ਗੁਰਨਾਮ ਬਹੁਤ ਸੋਹਣਾ ਗਾਉਂਦਾ, ਇਹ ਗਾਉਂਦਾ ਪਰ ਇਹਨੂੰ ਗਾਉਣ ਨਹੀਂ ਦਿੰਦੇ, ਇਹਨੂੰ ਫੋਟੋਆਂ ਵਾਲੇ ਇੰਨਾ ਤੰਗ ਕਰ ਰਹੇ ਆ, ਫੋਟੋਗ੍ਰਾਫ ਨਾ ਕਰੋ ਤੁਸੀਂ, ਔਰ ਨਾ ਹੀ ਕਦੇ ਆਰਟਿਸਟ ਨੂੰ ਇਹ ਕਹੋ ਕਿ ਆਹ ਗਾਣਾ ਲਾ ਦੇ ਆਹ ਲਾ ਦੇ, ਉਹਨੂੰ ਕਹੋ ਤੁਸੀਂ ਜੋ ਬੈਸਟ ਕਰ ਸਕਦੇ ਉਹ ਕਰੋ। ਤੇ ਫਿਰ